ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਹੁਸਨ ਸਿੱਧੂ ਤੇ ਤੇ ਸਭ ਤੋਂ ਪਹਿਲਾਂ ਜਿਹੜਾ ਵੀਰ ਭਰਾ ਨਵਾਂ ਆਇਆ ਤੇ ਉਹ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਲੋ ਪ੍ਰੈਸ ਸੋ ਹੁਣ ਲੈ ਚੱਲਦੇ ਆ ਤੁਹਾਨੂੰ ਵੀਡੀਓ ਵੱਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸੁਪਰੀ ਸਟਾਰ ਸਿੱਧੂ ਮੂਸੇਵਾਲਾ ਜਿਹੜਾ ਚਰਚਾ ਦੇ ਵਿੱਚ ਨੇ ਤੇ ਉਹਨਾਂ ਨੇ ਆਪਣੇ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਜਿਹੜਾ ਫੈਸਲਾ ਕੀਤਾ ਤੇ ਜੁਆਇਨ ਕਰ ਵੀ ਲਈ ਹੈ ਬੱਸ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਮਾਤਾ ਜੀ ਜਿਹੜੇ ਪਿੰਡ ਦੇ ਸਰਪੰਚ ਸਨ ਤੇ ਉਹ ਪਹਿਲਾਂ ਤਾਂ ਉਹ ਹੀ ਕਾਂਗਰਸ ਪਾਰਟੀ ਨਾਲ ਅਟੇਟਰ ਸਨ ਸੋ ਕੱਲ ਤੁਸੀਂ ਦੇਖ ਸਕਦੇ ਹੋ ਜਿਹੜਾ ਸਿੱਧੂ ਮੂਸੇਵਾਲਾ ਵੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਿੱਧੂ ਤੇ ਚੰਨੀ ਸਾਹਬ ਨਾਲ ਮੀਟਿੰਗ ਕੀਤੀ ਹੈ ਤੇ ਕਾਂਗਰਸ ਪਾਰਟੀ ਦਾ ਜਿਹੜਾ ਪ੍ਰਚਾਰ ਕਰਨ ਦਾ ਫੈਸਲਾ ਲਿਆ ਤੇ ਤੁਸੀਂ ਵੀ ਆਪਣੇ ਕਮੈਂਟਾਂ 'ਚ رائے ਜਰੂਰ ਦੇਣੀ ਹੈ ਕਿ ਤੁਹਾਨੂੰ ਉਹਨਾਂ ਦਾ ਫੈਸਲਾ ਕਿਦਾਂ ਦਾ ਲੱਗਾ ਠੀਕ ਲੱਗਾ ਜਾਂ ਗਲਤ ਤੇ ਬਾਕੀ ਤੇ ਬਾਕੀ ਮੈਂ ਸਮਝਦਾ ਕਿ ਆਪਾਂ ਤਾਂ ਕੁਝ ਕਹਿ ਵੀ ਨਹੀਂ ਸਕਦੇ ਕਿਉਂਕਿ ਉਹ ਅਗਲੇ ਦੀ ਆਪਣੀ ਨਿੱਜੀ ਰਏ ਹੁੰਦੀ ਹੈ ਕਿ ਉਹਨਾਂ ਨੇ ਕਿਹੜੀ ਪਾਰਟੀ ਜੁਆਇਨ ਕਰਨੀ ਹੈ ਜਾਂ ਕਿਹੜੀ ਨਹੀਂ ਜਾਂ ਕਿਸਾਨਾਂ ਨਾਲ ਖੜਨਾ ਹੈ ਸੋ ਤੁਸੀਂ ਆਪਣੇ ਵਿਚਾਰ ਜੜੇ